ਮੰਚ ਤੇ ਬਿਰਾਜਮਾਨ ਸਾਡੇ ਆਗੂ ਸਾਹਿਬਾਨ ਤੇ ਸਾਹਮਣੇ ਬੈਠੇ ਹੋਏ ਸਾਡੇ ਕਿਸਾਨ ਵੀਰ ਜਿਹੜੇ 335 ਜਣੋਂਗੇ ਜਿੰਨਾਂ ਨੂੰ ਬੈਠਿਆ ਨੂੰ ਤੇ ਅਜੇ ਵੀ ਮੋਦੀ ਨੂੰ ਵੰਗਾਰਦੇ ਵੀ ਮੋਦੀ ਆ ਆ ਪਹਿਲੋ ਗੱਜ ਕੇ ਫਤਿਹ ਬੁਲਾਈਏ ਸਾਰਿਆਂ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿ ਕੋਈ ਵੀ ਰਸਨਾ ਵਾਂਜੀ ਨਾ ਰਵੇ ਕਿਉਂਕਿ ਫਤਿਹ ਜਿਹਦੀ ਜ਼ੁਬਾਨ ਤੇ ਫਤਿਆ ਉਹਦੀ ਹੀ ਮੈਦਾਨ ਤੇ ਫਤਿਹ ਹੋਊਗੀ ਬੁਲਾਓ ਫਤਿਹ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਾਥੀਓ ਜਿੱਦਾਂ ਰਾਏ ਸਾਹਿਬ ਨੇ ਦੱਸਿਓ ਕਿ ਸਵਾ ਸਵਾ ਲੱਖ ਤੇ ਇੱਕ ਭਰੂ ਆ ਉਹ ਸਾਡੀ ਤੇ ਕਿ ਝੰਡੀ ਵਾਲੀ ਗੱਡੀ ਨੂੰ ਕੋਈ ਪੁਲਿਸ ਵਾਲਾ ਹੱਥ ਤੇ ਕੇ ਨਾ ਡੱਕੇ ਇਹ ਮੋਦੀ ਦੀ ਕੀ ਜੁਰਤਾ ਤੇ ਕੀ ਜੁਰਤਾ ਕੇ ਸਰਕਾਰ ਦੀ ਕਿ ਸਾਨੂੰ ਕੋਈ ਹੱਥ ਲਾ ਲੈ ਅਸੀਂ ਜੂਪੀ ਤੱਕ ਗਏ ਆ ਬਿਨਾ ਆਰਸੀ ਸਭ ਕੁਝ ਸਾਡਾ ਘਰੇ ਰਹਿ ਗਿਆ ਜਦੋਂ ਅਸੀਂ ਰਸਤੇ ਜਾ ਕੇ ਵੇਖਿਆ ਮੈਂ ਕਿਹਾ ਕੋਈ ਪਰਵਾਹ ਨਹੀਂ ਮੁੰਡਿਓ ਗੱਡੀ ਤੇ ਝੰਡੀ ਲੱਗੀ ਆ ਜੁਪੀ ਹੋਵੇ ਭਾਈ ਬਿਆਰ ਹੋਵੇ ਕੋਈ ਵੀ ਨਹੀਂ ਟੱਕੂਗਾ ਕਿਸੇ ਨੂੰ ਕੋਈ ਟੂਲ ਟੈਕਸ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਸਿਰਫ ਤਾਂ ਸਿਰਫ ਉਹ ਝੰਡੀ ਦੀ ਦੇਣੀ ਕਿ ਇਹ ਕਿਸਾਨ ਆ ਤੇ ਕਿਸਾਨ ਦਾ ਅੰਦੋਲਨਕਾਰੀ ਕਿਸਾਨ ਆ ਸਾਥੀਓ ਲੜਾਈ ਤੁਸੀਂ ਜਿੱਤੀ ਆ ਕਿਉਂਕਿ ਇਸ ਦੀ ਸੋਚ ਲਓ ਕਿ ਤੁਹਾਡੀਆਂ ਗੱਡੀਆਂ ਦੇ ਗਾਲੀ ਕੋਈ ਹੱਥ ਨਹੀਂ ਦਿੰਦਾ ਤੁਹਾਡੇ ਵਾਲੀ ਕੋਈ ਵੇਖ ਸਕਦਾ ਇੱਥੇ ਪਾਏ ਦੋ ਜਣੇ ਬਹਿ ਜਾਓ ਤੇ ਪਾਏ ਹਜ਼ਾਰ ਜਣੇ ਬਹਿ ਜਾਓ ਕੋਈ ਤੁਹਾਡੇ ਵੱਲ ਧਿਆਨ ਨਹੀਂ ਕਰੂਗਾ ਕਿਉਂਕਿ ਸਰਕਾਰ ਕੋਈ ਜ਼ਰੂਰਤ ਨਹੀਂ ਇਹ ਸਿਰਫ ਤੇ ਸਿਰਫ ਮਗਰੋਂ ਗੱਡੀਆਂ ਚਣੌਣ ਵਾਲੇ ਆ ਸਾਹਮਣੇ ਲੜਨ ਵਾਲੇ ਨਹੀਂ ਸਾਹਮਣੇ ਮੈਦਾਨ ਵਿੱਚ ਉਹ ਹੀ ਲੜਦੇ ਆ ਜਿਨ੍ਹਾਂ ਦੇ ਵਿੱਚ ਖੂਨ ਹੁੰਦਾ ਜਾਂ ਜਿਨ੍ਹਾਂ ਦੇ ਵਿੱਚ ਜਿਗਰਾ ਹੁੰਦਾ ਬਿਨਾ ਜਿਗਰੇ ਤੋਂ ਕੋਈ ਸਾਹਮਣੇ ਨਹੀਂ ਲੜਦਾ ਇਹ ਚੋਰੀ ਲੰਡ ਵਾਲੇ ਆ ਡਿੱਗੀਆਂ ਦੇ ਉੱਤੇ ਗੱਡੀਆਂ ਨਗੌਰ ਵਾਲੇ ਆ ਸੱਤਿਆਂ ਦੇ ਉੱਤੋਂ ਦੀ ਕਦੀ ਸਾਹਮਣੇ ਲੜਨ ਵਾਲੇ ਨਹੀਂ ਗੇ ਇਹ ਕਰਕੇ ਸਾਥਿਓ ਮਦਦਾਂ ਚਿੱਤਾਂਗੇ ਜਿੱਤ ਤੇ ਕਿਨਾਰੇ ਤੇ ਆ ਵਰਲਡ ਤੱਕ ਰੌਲਾ ਟੱਡਾ ਪੈ ਗਿਆ ਇਹ ਬੜੇ ਅਮਰੀਕਾ ਕੈਨੇਡਾ ਕਿਸੇ ਵੀ ਦੇਸ਼ ਵਿੱਚ ਮੋਦੀ ਸਰਕਾਰ ਜਾ ਕੇ ਮੋਦੀ ਆਪਣਾ ਨਾਰਾ ਨਹੀਂ ਲਾ ਸਕਦਾ ਸਾਡੇ ਕਿਸਾਨ ਵੀਰ ਉੱਥੇ ਵੀ ਚੰਡਾ ਲੈ ਕੇ ਖੜੇ ਆ ਕਿ ਸਾਰੀ ਤੇ ਸਾਰੀ ਤਾੜੀ ਦੇਣਾ ਜਿਹੜਾ ਮੋਦੀ ਰੋਜ ਜਾਜਾਂ ਚ ਰਹਿੰਦਾ ਹੀ ਰੋਜ ਮੁਲਕਾਂ ਦੀ ਇਸ਼ਾਰਾ ਕਰਦਾ ਹੀ ਅੱਜ ਕਿਸੇ ਵੀ ਮੁਲਕ ਜ ਜਾਣ ਚ ਗਰੇਜ ਕਰਦਾ ਉਹਨੂੰ ਪੁੱਛਣਾ ਪੈਂਦਾ ਕਿ ਮੈਂ ਫਲਾਣੇ ਮੁਲਕੋਂ ਨਾ ਮੇਰਾ ਵਿਰੋਧ ਹੋਊ ਕਿ ਨਹੀਂ ਹੋਊ ਇਹ ਸਾਰਾ ਤੇ ਸਾਰਾ ਤਾੜਾ ਆ 335 ਦਿਨਾਂ ਦਾ ਅੰਦੋਲਨ ਜਿਹੜਾ ਤੁਸੀਂ ਸ਼ਾਂਤਮਈ ਰੱਖ ਕੇ ਅੰਦੋਲਨ ਪੂਰੇ ਵਰਲਡ ਚ ਪਚਾਇਆ ਇਹ ਉਹਦੀ ਦੇਣ ਕਿ ਅੱਜ ਕੋਈ ਵੀ ਭਾਰਤੀ ਸਰਕਾਰ ਕਿਤੇ ਵੀ ਜਾਣ ਤੋਂ ਗਰੇਜ ਕਰਦੀ ਆ ਇੱਥੇ ਹਰਿਆਣੇ ਚ ਜਿੱਥੋਂ ਦਾ ਖੱਟੜੇ ਮੁੱਖ ਮੰਤਰੀ ਆ ਉਹ ਆਪਣਾ ਹੈਲੀਕਾਪਟਰ ਨਹੀਂ ਲਾ ਸਕਦਾ ਪੰਜਾਬ ਵਿੱਚ ਸਾਡੇ ਵੀਰ ਕੁਛ ਇਹਨਾਂ ਦੇ ਝੋਲਿਆਂ 'ਚ ਪੈ ਗਏ ਜਿਹੜੇ ਇਹਨਾਂ ਦੀਆਂ ਰੈਲੀਆਂ ਕਰਾਉਣ ਦੇ ਆ ਕਾਦੇ ਵਾਸਤੇ ਕਿ ਮੈਨੂੰ ਇਹਨਾਂ ਚੇਅਰਮੈਨ ਬਣਾ ਦੇਣਾ ਮੈਨੂੰ ਇਹਨਾਂ ਸਰਪੰਚ ਬਣਾ ਦੇਣਾ ਉਹ ਭਰਾਓ ਲੜਾਈ ਸਰਪੰਚੀ ਦੀ ਨਹੀਂ ਲੜਾਈ ਚੇਅਰਮੈਨੀ ਦੀ ਨਹੀਂ ਲੜਾਈ ਤੁਹਾਡੀ ਜ਼ਮੀਰ ਦੀ ਆ ਤੇ ਤੁਹਾਡੀ ਜ਼ਮੀਨ ਦੀ ਆ ਤੇ ਤੁਹਾਡੇ ਆਉਣ ਵਾਲੇ ਭਵਿੱਖ ਦੀ ਆ ਤੇ ਤੁਹਾਡੇ ਆਉਣ ਵਾਲੇ ਬੱਚਿਆਂ ਦੀ ਆ ਇਹ ਸਰਪੰਚੀਆਂ ਸਰਪੰਚੀਆਂ ਤੇ ਜਦੋਂ ਮਰਜ਼ੀ ਲੈ ਲੋ ਇਹਨਾਂ ਕੋ ਕਿਉਂਕਿ ਵੋਟਾਂ ਹੀ ਸੀ ਪਾਉਣੀਆਂ ਤੇ ਅਸੀਂ ਇਹਨਾਂ ਨੂੰ ਕੁਰਸੀਆਂ ਤੇ ਪਾਉਣਾ ਤੇ ਮੁੜ ਕੇ ਅਸੀਂ ਇਹਨਾਂ ਕੋ ਕਿਹੜਾ ਸਾਨੂੰ ਸਰਪੰਚ ਬਣਾ ਇਹ ਕਰਕੇ ਸਾਥੀਓ ਮੈਂ ਪੰਜਾਬ ਵਾਲਿਆਂ ਨੂੰ ਬੇਨਤੀ ਕਰਦਾਂ ਕਿ ਬਹੁਤਾ ਨਾ ਦੌੜੋ ਇਹਨਾਂ ਦੇ ਮਗਰ ਆ ਹਰਿਆਣੇ ਵਾਲੇ ਵੀ ਦੇਖ ਲਓ ਛੱਡ ਤੋਂ ਪਿਛੋਤ ਰਹੀ ਅੱਜ ਕਿਸੇ ਵੀ ਬੀਜੇਪੀ ਵਾਲੇ ਦਾ ਜਾਜ ਨਹੀਂ ਥੱਲੇ ਉਤਰਨ ਦਿੰਦੇ ਹੋ ਕਿਸੇ ਪਿੰਡ ਵਿੱਚ ਰੈਲੀ ਨਹੀਂ ਹੋਣ ਦਿੰਦੇ ਪਰ ਸਾਡੇ ਸਾਥੀ ਕੋ ਇਹੋ ਜਿਹੇ ਜਿਨ੍ਹਾਂ ਨੇ ਭੁਲਾ ਲਿਆ ਕਿ ਸਾਨੂੰ ਅੱਜ ਇਸ 335 ਦਿਨ ਇਹਨਾਂ ਬਾਡਰਾਂ ਦੇ ਬੈਠੇ ਹੋ ਗਿਆ 700 ਦੇ ਥੱਲੇ 700 ਤੋਂ ਵੱਧ ਸਾਡੇ ਕਿਸੇ ਕਿਸਾਨ ਵੀਰ ਸ਼ਹੀਦ ਹੋ ਗਿਆ ਸਾਡੇ 5 ਕਿਸਾਨ ਵੀਰ ਦਿੱਲੀ ਸੌਰੀ ਯੂਪੀ ਦੇ ਵਿੱਚ ਲਖੀਨਪੁਰ ਵਿੱਚ ਜਿਨ੍ਹਾਂ ਦੇ ਉੱਤੋਂ ਦੀਆਂ ਗੱਡੀਆਂ ਚੜਾਈਆਂ ਗਈਆਂ ਸਾਨੂੰ ਉਹਨਾਂ ਦਾ ਅਸਲੀ ਸੰਦਾਜ ਲਈ ਉਹਨਾਂ ਨੂੰ ਇਹੋ ਹੀ ਆ ਕਿ ਜਿੱਦਣ ਆਪਾਂ ਅੰਦੋਲਨ ਜਿੱਤਾਂਗੇ ਤੇ ਜਿਨ੍ਹਾਂ ਸ਼ਹੀਦਾਂ ਨੂੰ ਸੰਦਾਜ ਲਈ ਉਦਲ ਮਿਲਣੀ ਆ ਭਰਾਓ ਇਹਨਾਂ ਲੀਡਰਾਂ ਨੇ ਮਗਰਨਾ ਦੌੜੋ ਤੇ ਇਹ ਅੰਦੋਲਨ ਵਾਲ ਤਿਆਰ ਦੋ ਜਿੱਦਾਂ ਹੀ ਆਪਾਂ 26 ਜਨਵਰੀ ਨੂੰ ਚੜ ਕੇ ਆਈ ਸੀ ਉਸੇ ਤਰ੍ਹਾਂ ਹੀ ਚੋਨੇ ਵੱਡੇ ਗਏ ਤਣਕਾ ਤੁਸੀਂ ਬੀਜ ਲੈਣੀ ਆ ਦੋ ਚਾਰ ਦਿਨਾਂ ਦੇ ਵਿੱਚ ਤੇ ਸਾਰੇ ਜਣੇ ਫੇਰ ਬਾਰਡਰ ਹਟਾ ਫੁੱਲ ਕਰ ਦਈਏ ਇਹਨੂੰ ਮੋਦੀ ਨੂੰ ਤੇ ਇਹਨੂੰ ਨਰਿੰਦਰ ਤੋਮਰ ਨੂੰ ਇਹ ਗੱਲ ਦਾ ਪਤਾ ਲੱਗ ਜਾਏ ਕਿ ਇਹ ਮੁਠੀ ਭਰ ਕਿਸਾਨ ਨਹੀਂ ਗਏ ਇਹ ਓਨੇ ਕਿਸਾਨ ਆ ਉਸੇ ਤਰ੍ਹਾਂ ਹੀ ਮੇਲੇ ਇੱਥੇ ਲੱਗਣਗੇ ਜਿੱਦਾਂ ਮੇਲੇ ਸਾਡੇ ਪੰਜਾਬ ਦੇ ਵਿੱਚ ਲੱਗਦੇ ਰਹੇ ਆ ਜਾਂ ਜਿੱਦਾਂ ਸਾਡੇ ਪਿਛਲੇ ਸਾਲ ਇੱਥੇ ਬਾਡਰਾਂ ਦੇ ਮੇਲੇ ਲੱਗੇ ਆ ਉਸੇ ਤਰ੍ਹਾਂ ਹੀ ਫੇਰ ਰੌਣਕਾ ਕਰੀਏ ਤੇ ਇਹ ਲੜਾਈ ਜਿਹੜੀ ਸਾਡੀ ਹੋਣਦੀ ਆ ਸਾਡੀ ਜ਼ਮੀਨ ਦੀ ਆ ਉਹਨੂੰ ਜਿੱਤੀਏ ਇਹ ਨਹੀਂ ਬੇਨਤੀਆ ਕਰਦਿਆ ਖਿਮੇ ਦਾ ਜਾਚਕਾ ਮੈਂ 2-4 ਨਾਰੇ ਬੁਲਾਉਂਗਾ ਸਾਥਿਓ ਨਾਰੇ ਪੂਰੀ ਜ਼ੋਰ ਨਾਲ ਬੁਲਾਉਣੇ ਆ ਕਿਉਂਕਿ ਪਤਾ ਲੱਗੇ ਵਾਗੇ ਬਾਡਰਾਂ ਦੇ ਬੈਠੇ ਆ ਬੁਲਾਓ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਗੁੰਡਿਆਂ ਦੀ ਸਰਕਾਰ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਇਹ ਸੀ ਸਰਦ ਆਬਲਵਿੰਦਰ ਸਿੰਘ ਰਾਜੂ ਸੂਬਾ ਪ੍ਰਧਾਨ ਮਰਜਾ ਸੰਗਠਨ ਕਮੇਟੀ ਦੇ ਅਗਲੇ ਬਲਾਰੇ ਨੇ ਬੂਟਾ ਸਿੰਘ